ਹਿੰਦੀ ਹਿੰਦੀ ਓਹੋ ਔਰ ਪੰਜਾਬੀ ਚੱਲ ਰਿਹਾ ਹਿੰਦੀ ਹਿੰਦੀ ਚੈਨਲ ਹੈ ਸੌਰੀ 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 ਕੈਸੇ ਹੋ ਨਹੀਂ ਬਸ ਇੱਦਾਂ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਆਲ ਆਫ ਯੂ ਆਰ ਡੂਇੰਗ ਓਕੇ ਐਂਡ ਵੈਲਕਮ ਟੂ ਦਿਸ ਨਿਊ ਵੀਡੀਓ ਤੋ ਆਜ ਕੇ ਇਸ ਸ਼ੁਭ ਮੌਕੇ ਪੇ ਆਪਾਂ ਯਾਰ ਪਤਾ ਨਹੀਂ ਕਹਾਂ ਪਏ ਹੈ ਕਾਰਵੀ ਨਾਮ ਕਾ ਇੱਕ ਕੈਫੇ ਹੈ ਰਾਸਤੇ ਮੇਂ ਪਿਟ ਸਟੌਪ ਕਰ ਰਹੇ ਹੈ ਅਭੀ ਟਾਈਮ ਹੋ ਗਿਆ ਹੈ 4:30 ਹਮ ਜਾ ਰਹੇ ਹੈ ਤਮਹੀਨੀ ਘਾਟ ਉਨਸੇ ਮਤਲਬ ਹੈ ਮੈਂ ਔਰ ਬਮੀਤ ਮੈਮ ਉਨਕੋ ਮੈਨੇ ਪੂਨੇ ਸੇ ਸਾਥ ਮੇਂ ਲੇ ਲਿਆ ਯੇ ਹਮਾਰੀ ਆਜ ਕੀ ਰਾਈਡ ਹੈ ਐਕਟਿਵਾ ਮਤਲਬ ਵੋ ਐਕਸਯੂਵੀ ਨਹੀਂ ਯੇ ਵਾਲੀ ਐਕਟਿਵਾ ਐਂਡ ਯੇ ਕਿਰਾਏ ਪੇ ਲੇ ਲਈ ਥੀ ਮੈਨੇ ਵਹਾਂ ਸੇ ਤੋ ਮੇਰੀ ਲੋਕੇਸ਼ਨ ਸੇ 80 ਕਿਲੋਮੀਟਰ ਦੂਰ ਹੈ ਤਮਹੀਨੀ ਘਾਟ ਜਹਾਂ ਪੇ ਹਮ ਜਾ ਰਹੇ ਹੈ ਐਂਡ ਹਮ ਰਾਸਤੇ ਮੇਂ ਰੁਕੇ ਹੈ ਅਭੀ ਕਾਫੀ ਕੇ ਲੀਏ ਕਾਫੀ ਅੱਛੇ ਕੈਫੇ ਹੈ ਯੇ ਵਾਲਾ ਇਸਕੇ ਥੋੜੇ ਸੇ ਸ਼ੋਟ ਦਿਖਾਤਾ ਹੂੰ ਆਪਕੋ ਅਭੀ ਐਂਡ ਅਭੀ ਕਾਫੀ ਪੀ ਕੇ ਦੁਬਾਰਾ ਰਿਚਾਰਜ ਹੋ ਗਈ ਹੈ ਬੈਟਰੀ ਫਿਰ ਚੱਲ ਕੇ ਮੈਂ ਆਪਕੋ ਬਤਾਤਾ ਹੂੰ ਔਰ ਵਹਾਂ ਪੇ ਕੁਛ ਆਪਾਂ ਇੱਕ ਅੱਧੀ ਸਟੋਰੀ ਹੈ ਜੋ ਕਰ ਲੇਂਗੇ ਬਾਤਚੀਤ ਔਰ ਐਂਡ ਕੈਫੇ ਕੇ ਸੀਨ ਚੈੱਕ ਕਰੋ ਆਪ ਇੰਜੋਏ ਕਰਨੇ ਮੈਂ ਜ਼ਿਆਦਾ ਬਿਜ਼ੀ ਹੋ ਗਏ ਥੇ ਵਲੋਗ ਕਰਨਾ ਭੁੱਲ ਗਏ ਤੋ ਹਮ ਤਾਮਹਿਨੀ ਗਾਓ ਥਾ ਵਹਾਂ ਪੇ ਹੋ ਆਏ ਹੈ ਵਹਾਂ ਕੇ ਕੁਛ ਫੋਟੋਜ਼ ਮੈਨੇ ਖਿੱਚੀ ਹੈ ਵਹਾਂ ਪੇ ਰਾਸਤੇ ਮੇਂ ਜਾਤੇ ਜਾਤੇ ਐਂਡ ਜੋ ਤਾਮਹਿਨੀ ਡੈਮ ਥਾ ਵੋ ਵੀ ਨਹੀਂ ਖੁਲਾ ਹੋਇਆ ਕਿਉਂਕਿ ਬਾਰਿਸ਼ ਅਭੀ ਸ਼ੁਰੂ ਹੋ ਰਹੀ ਹੈ ਮੌਨਸੂਨ ਲੇਕਿਨ ਯਹਾਂ ਜਬ ਮੈਂ ਜਹਾਂ ਪੇ ਹੂੰ ਯਹਾਂ ਪੇ ਯਾਰ ਲੇਕ ਵਿਊ ਪੁਆਇੰਟ ਹੈ ਬਹੁਤ ਜ਼ਿਆਦਾ ਅੱਛਾ ਹੈ ਸੀਰੀਅਸਲੀ ਮਤਲਬ ਕਾਫੀ ਅੱਛਾ ਲਗਾ ਯਹਾਂ ਆ ਕੇ ਐਂਡ ਐਕਸਪੀਰੀਅੰਸ ਕਰਕੇ ਬਹੁਤ ਅੱਛਾ ਲੱਗਦਾ ਯਾਰ ਮਤਲਬ ਕਈ ਵਲੋਗ ਕਰਨੇ ਕਾ ਮਨ ਹੋਤਾ ਹੈ ਬੰਦੇ ਕਾ ਠੀਕ ਹੈ ਨਾ ਕਿ ਵਲੋਗ ਕਰ ਲੇ ਸ਼ੋਅ ਕਰੇ ਕਿ ਕਿਆ ਐਕਸਪੀਰੀਅੰਸ ਹੈ ਅਭੀ ਧੀਰੇ ਧੀਰੇ ਮੈਂ ਸਿੱਖ ਰਹਾ ਹੂੰ ਅਭੀ ਮਤਲਬ ਮਲਟੀ ਟਾਸਕਿੰਗ ਬੇਸਿਕਲੀ ਅਭੀ ਨਹੀਂ ਸਮਝ ਆਈ ਇਹ ਕੰਡੇ ਹੈ ਮੇਰੇ ਕੰਡੋ ਵਾਲੇ ਪਲਾਂਟ ਹੈ ਪੈਰ ਮੇਂ ਲੱਗਤਾ ਹੈ ਮੇਰੇ ਪੈਰ ਮੇਂ ਲੱਗ ਗਿਆ ਥਾ ਅਭੀ ਬਹੁਤ ਅੱਛਾ ਵੀ ਲੱਗਤਾ ਹੈ ਆ ਕੇ ਐਸੀ ਜਗ੍ਹਾ ਪੇ ਐਂਡ ਹੰਬਲ ਫੀਲ ਹੋਤਾ ਹੈ ਦਿਮਾਗ ਮੇਂ ਦਿਲ ਮੇਂ ਕਿ ਹਮਾਰੇ ਪੇਰੈਂਟਸ ਮਤਲਬ ਇਤਨਾ ਸਪੈਂਡ ਕਰ ਸਕਤੇ ਹੈ ਹਮਾਰੇ ਉੱਪਰ ਕਿ ਹਮ ਐਸੀ ਜਗ੍ਹਾ ਪੇ ਘੂਮ ਸਕਤੇ ਹੈ ਕਭੀ ਵੀ ਜਬ ਮਨ ਕੀਆ ਬਾਈਕ ਰੈਂਟ ਕਰੀ ਕੁਛ ਵੀ ਕੀਆ ਐਂਡ ਆ ਗਏ ਕਿਸੇ ਸੇ ਪੁੱਛਣਾ ਨਹੀਂ ਹੈ ਮੈਂ ਮੁੰਬਈ ਗਿਆ ਥਾ ਯਾਰ ਤਬ ਵੀ ਕਿਤਨਾ ਹੰਬਲ ਫੀਲ ਹੋਤਾ ਹੈ ਕਿ ਜਬ ਦੇਖਤਾ ਉਨ ਲੋਗੋ ਕੋ ਜੋ ਜੋ ਇਨ ਚੀਜ਼ੋ ਕਾ ਐਕਸਪੀਰੀਅੰਸ ਨਹੀਂ ਕਰ ਸਕਤੇ ਉਹ ਆਪਣੇ ਘਰ ਸੇ ਨਿਕਲ ਹੀ ਨਹੀਂ ਸਕਤੇ ਕਿਉਂਕਿ ਉਨਕੇ ਪਾਸ ਪੈਸੇ ਨਹੀਂ ਇਤਨੇ ਟਰੈਵਲ ਕਰਨੇ ਕੇ ਠੀਕ ਹੈ ਨਾ ਉਨਕੇ ਪਾਸ ਰੋਟੀ ਦੋ ਟਾਈਮ ਕੀ ਉਨਕੋ ਬੜੀ ਮੁਸ਼ਕਿਲ ਸੇ ਮਿਲਤੀ ਹੈ ਐਂਡ ਹਮ ਲੋਗ ਕਿਆ ਹੈ ਕਿ ਕਭੀ ਵੀ ਉਠਾ ਕੇ ਮੂੰਹ ਔਰ ਕਹੀਂ ਵੀ ਜਾ ਸਕਤੇ ਹੈ ਕਿਆ ਬੋਲੂੰ ਮੈਂ ਕਿ ਐਸੀ ਲੋਕੇਸ਼ਨਸ ਪੇ ਆ ਕੇ ਕਿਆ ਵਿਊ ਚੈੱਕ ਕਰੋ ਯਾਰ ਤੁਸੀਂ ਵਿਊ ਚੈੱਕ ਕਰੋ ਘਰ ਵਗੈਰਾ ਹੈ ਯਹਾਂ ਪੇ ਐਂਡ ਜੋ ਮਤਲਬ ਵੀਕੈਂਡਸ ਵਗੈਰਾ ਪੇ ਯਹਾਂ ਪੇ ਆ ਜਾਤੇ ਐਂਡ ਕੁਛ ਲੋਕ ਰਿਜ਼ੋਰਟ ਮੰਨ ਲਓ ਹੋਟਲ ਵਗੈਰਾ ਬੁੱਕ ਕਰਨਾ ਵੋ ਰਹਿ ਸਕਤੇ ਹੈ ਤੋ ਵੋ ਹੋ ਗਿਆ ਅਭੀ ਆਪਕੋ ਇੱਕ ਸਟੋਰੀ ਬਤਾਤਾ ਹੂੰ ਕਿ ਭਵਨੀਤ ਮੈਮ ਜੋ ਹੈ ਜਿਨਕੇ ਸਾਥ ਮੈਂ ਅਭੀ ਯਹਾਂ ਪੇ ਆਇਆ ਹੂੰ ਰੈਂਡਮ ਪਲਾਨ ਬਣ ਗਿਆ ਹਮਾਰਾ ਆਨੇ ਕਾ ਰਾਤ ਕੋ ਹੀ ਮੈਸੇਜ ਕੀਆ ਉਹਨਾਂ ਨੇ ਮੈਮ ਨੇ ਔਰ ਬਾਈਕ ਰੈਂਟ ਕਰਕੇ ਹਮ ਆ ਗਏ ਯਹਾਂ ਪੇ ਤੋ ਇਨਸੇ ਮੇਰੇ ਕੋ ਪਹਿਲੇ ਡਰ ਲੱਗਤਾ ਹੋਤਾ ਥਾ ਠੀਕ ਹੈ ਇਨਕੋ ਮੈਂ ਇਤਨੀ ਚੀਜ਼ ਜਾਣਤਾ ਨਹੀਂ ਥਾ ਤੋ ਜਾਣਤਾ ਕਿਆ ਥਾ ਯਾਰ ਸੀਨੀਅਰ ਥੇ ਮੇਰੇ ਔਰ ਇੱਕ ਯੇ ਭਵਨੀਤ ਮੈਮ ਥੇ ਔਰ ਇੱਕ ਹਿਮਾਂਸ਼ੂ ਮਿਸ਼ਰਾ ਭਈਆ ਹੈ ਵੋ ਵੀ ਮੇਰੇ ਸੀਨੀਅਰ ਹੈ ਮੈਂ ਇਨ ਦੋ ਲੋਗੋ ਕੋ ਜਾਣਤਾ ਥਾ ਜਬ ਮੈਂ ਕਾਲਜ ਮੇਂ ਆਇਆ ਥਾ ਮਤਲਬ ਮੇਰੇ ਦਿਮਾਗ ਮੇਂ ਇਨ ਦੋਨੋ ਕੀ ਹੀ ਫੋਟੋ ਫੀਡ ਹੋ ਗਈ ਥੀ ਤੋ ਇਨ ਐਡਮਿਸ਼ਨ ਮੇਂ ਮੇਰੀ ਹੈਲਪ ਕੀ ਹੋਗੀ ਉਹਨਾਂ ਨੇ ਕਿਸੇ ਤਰੀਕੇ ਸੇ ਯਾਰ ਮੇਰੇ ਕੋ ਯਾਦ ਨਹੀਂ ਹੈ ਮੈਨੂੰ ਕੀ ਦੋਨੋ ਕੀ ਸ਼ਕਲ ਯਾਦ ਥੀ ਮੇਰੇ ਕੋ ਨਾ ਮਿਸ਼ਰਾ ਭਈਆ ਕੋ ਮੈਂ ਪਹਿਲੇ ਜਾਣਤਾ ਥਾ ਨਾ ਇਨਕੋ ਜਾਣਤਾ ਥਾ ਔਰ ਮੇਰੇ ਕੋ ਇਨਸੇ ਮਤਲਬ ਐਸੀ ਹੀ ਮੈਂ ਜਿਜਕ ਹੋਤੀ ਹੈ ਨਾ ਕਿ ਇੱਕ ਜੂਨੀਅਰ ਕੋ ਸੀਨੀਅਰ ਸੇ ਸੋਸਾਇਟੀ ਹੈ ਥਾਪਰ ਯੂਨੀਵਰਸਿਟੀ ਮੇਂ ਫਰੋਸ਼ ਕੇ ਨਾਮ ਸੇ ਤੋ ਉਸਕੇ ਇੰਟਰਵਿਊਜ਼ ਥੇ ਤਬ ਵੀ ਮੈਨੇ ਮੈਮ ਕੋ ਦੇਖਾ ਦ ਵੇ ਸ਼ੀ ਕੈਰੀਜ਼ ਹਰ ਸੈਲਫ ਨਾ ਐਸੀ ਇਨਕੀ ਪਰਸਨੈਲਿਟੀ ਹੈ ਕਿ ਆਮ ਬੰਦਾ ਆ ਹੀ ਨਹੀਂ ਸਕਦਾ ਸਰਕਲ ਕੇ ਅੰਦਰ ਠੀਕ ਹੈ ਨਾ ਆ ਕੇ ਪੁੱਛ ਵੀ ਨਹੀਂ ਸਕਦਾ ਇਤਨੇ ਤਰੀਕੇ ਸੇ ਕਈ ਲੜਕੀਆਂ ਹੁੰਦੀਆਂ ਥੋੜ੍ਹੀ ਨਾਜ਼ੁਕ ਕਲੀਆਂ ਟਾਈਪ ਤੋ ਇਨਕਾ ਵੋ ਵਾਲਾ ਸੀਨ ਨਹੀਂ ਹੈ ਪਰ ਬੰਦਾ ਪਰਸਨੈਲਿਟੀ ਸੇ ਅਟਰੈਕਟਿਡ ਹੋਤਾ ਕਿਸੀ ਕੀ ਤੋ ਮੇਰੇ ਵਹੀ ਥਾ ਕਿ ਮੈਂ ਮੈਮ ਸੇ ਐਟਲੀਸਟ ਬਾਤ ਤੋ ਕਰੂੰ ਤੋ ਉਸਕੇ ਬਾਅਦ ਜੋ ਫਰੋਸ਼ ਮੈਮ ਸਿਲੈਕਟ ਹੋ ਗਿਆ ਤਬ ਮੈਂ ਮੈਮ ਸੇ ਮਿਲਾ ਐਂਡ ਦੈਨ ਮੈਮ ਮੇਰੇ ਸਾਥ ਓ ਐਸ ਸੀ ਥੇ ਐਂਡ ਉਸਕੇ ਬਾਅਦ ਫਿਰ ਮੈਮ ਕੇ ਸਾਥ ਹਮਨੇ ਕਾਮ ਕੀਆ ਤਬ ਸੇ ਮਤਲਬ ਅੱਛਾ ਰਿਲੇਸ਼ਨ ਹੈ ਅਬ ਮੈਮ ਪੂਨੇ ਮੇਂ ਆਏ ਐਂਡ ਫਿਰ ਹਮ ਦੁਬਾਰਾ ਸੇ ਮਿਲੇ ਤੋ ਮੋਰਲ ਆਫ ਦ ਸਟੋਰੀ ਇਜ਼ ਕਿ ਜੋ ਬੰਦੇ ਕੋ ਹਮ ਜੋ ਸਮਝਤੇ ਹੈ
कई बार वो ऐसा नहीं होता, काइंड ऑफ गुस्से वाले लगते थे मेरे को एंड लेकिन उसके बाद अब बात होती है मैम से, अब साथ में जैसे अभी आ गए ऐसे ही रैंडम प्लान बना के, वही है मोरल ऑफ द स्टोरी कि किसी को जज नहीं करना चाहिए। तो ऐसे आई गॉट टू नो मैम एंड व्यू चेकआउट कर लो दोबारा से। और क्या, ये यार मैं जो बात बता रहा था ना लोगों के घर हैं काइंड ऑफ, ये देखो या ये देखो लोगों ने अपने घर बना रखे हैं वहाँ पे, रिजॉर्ट भी हैं ये। सो वॉज अ ग्रेट डे, आज बहुत मज़ा किया है यहाँ पे एंड बहुत अच्छा लगा आके यहाँ पे। अभी भी यार देखो आसमान, तुम यार चेक करो, यार चेक करो, चेक बादल इतने प्यारे और इतना प्यारा सनसेट। सनसेट तो यहाँ क्या ही होना है, मतलब पहाड़ों के पीछे था सन, तो सनसेट तो इतना अच्छा नहीं है देखने को मिला, लेकिन काफ़ी अच्छा व्यू था। सो अभी जाते हैं, निकलते हैं यहाँ से एंड फिर बबनीत मैम को छोड़ के फिर मैं अपने घर को जाऊँगा, उसके बाद हम निकलते हैं और वहाँ कुछ खाते पीते हैं पुणे में एंटर करके, थोड़ी दूर है हम पुणे से, पहुँच जाएंगे एक दो घंटे में। सो इट वॉज़ अ ग्रेट डे, व्लॉगिंग की आदत नहीं है यार मुझे, धीरे धीरे आदत डाल रहा हूँ, क्या बोलते हैं कंटेंट भी शूट करूँ एंड इन्जॉय भी कर लूँ मोमेंट को, अच्छा रहेगा मेरे लिए। तो सी यू लेटर एलिगेटर, बाय। हाँ हाँ वही ताई, बड़ी निकल।